ਇੰਡੀਆ ਦੀ ਟੀਮ ਦਰਮਿਆਨ ਅਤੇ ਨਿਊਜ਼ੀਲੈਂਡ ਦੀ ਟੀਮ ਦਰਮਿਆਨ ਸੈ 3 ਵਨ ਡੇ ਸੀ, ਪਿਆਵਾਂ ਓਵਰਾਂ ਦਾ ਇੰਡੀਆ ਦੀ ਟੀਮ ਨੇ ਤਾਜ ਅਤੇ ਬੋਲਿੰਗ ਕਰਨ ਦਾ ਫੈਸਲਾ ਕੀਤਾ। ਨੰਬਰ 1 'ਤੇ ਨਿਊਜ਼ੀਲੈਂਡ ਦੀ ਟੀਮ ਨੇ ਬੈਟਿੰਗ ਕੀਤੀ। ਨਿਊਜ਼ੀਲੈਂਡ ਦੀ ਟੀਮ ਨੇ ਚੌਥੀਆਂ ਓਵਰਾਂ ਦੇ ਵਿੱਚ 71 ਸਕੋਰ ਬਣਾਇਆ, 108 ਸਕੋਰ ਬਣਾਇਆ। ਨਿਊਜ਼ੀਲੈਂਡ ਦੀ ਟੀਮ ਚੌਥੀਆਂ ਓਵਰਾਂ ਦੇ ਵਿੱਚ ਆਲ ਆਊਟ ਹੋ ਗਈ। ਸੈ 3 ਨੰਬਰ 'ਤੇ ਇੰਡੀਆ ਦੀ ਟੀਮ ਨੇ ਬੈਟਿੰਗ ਕੀਤੀ। ਇੰਡੀਆ ਦੀ ਟੀਮ ਨੇ ਫੀਆਂ ਓਵਰਾਂ ਦੇ ਵਿੱਚ 111 ਸਕੋਰ ਬਣਾਇਆ। ਇੰਡੀਆ ਦੀ ਟੀਮ ਦੀ ਤਰਫੋਂ ਜਿਹੜੇ ਆਊਟ ਹੋਏ, 2 ਆਊਟ ਹੋਏ। ਇੰਡੀਆ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਤੋਂ 8 ਵਿਕਟਾਂ ਤੋਂ ਅੱਜ ਦਾ ਮੈਚ ਜਿੱਤ ਲਿਆ। ਸੈ 3 ਵਨ ਡੇ ਇੰਡੀਆ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਤੋਂ 8 ਵਿਕਟਾਂ ਤੋਂ ਅੱਜ ਤੋਂ ਜਿੱਤ ਲਿਆ। ਇੰਡੀਆ ਦੀ ਟੀਮ ਦੀ ਤਰਫੋਂ ਜਿਹੜਾ ਪਲੇਅਰ ਆਫ ਦੀ ਮੈਚ ਮਿਲਿਆ, ਮੁਹੰਮਦ ਸ਼ਾਮੀ ਨੂੰ ਮਿਲਿਆ। ਮੁਹੰਮਦ ਸ਼ਾਮੀ ਨੇ 6 ਓਵਰ ਤਰਾਏ, 18 ਸਕੋਰ ਦਿੱਤਾ, 3 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀ ਟੀਮ ਦੀ ਤਰਫੋਂ ਦਲੀਨ ਫਲਿੱਪ ਨੇ 52 ਬਾਲਾਂ ਨੇ 36 ਸਕੋਰ ਬਣਾਇਆ। ਮਿਚਲ ਸੈਂਤਨ ਨੇ 39 ਬਾਲਾਂ ਦੇ 27, ਮਿਚਲ ਬਰੇਸ ਵੈਲਦ ਨੇ 30 ਬਾਲਾਂ ਦੇ 22 ਸਕੋਰ ਬਣਾਇਆ। ਇੰਡੀਆ ਦੀ ਟੀਮ ਦੀ ਤਰਫੋਂ ਰੋਹਿਤ ਸ਼ਰਮਾ ਤੈਪਤਨ ਨੇ 50 ਬਾਲਾਂ ਦੇ 53 ਸਕੋਰ ਬਣਾਇਆ। ਸ਼ੁਭਮਾਨ ਦਿਲ ਨੇ 53 ਬਾਲਾਂ ਦੇ 40 ਸਕੋਰ ਬਣਾਇਆ। ਵਿਰਾਟ ਕੋਹਲੀ ਨੇ 9 ਬਾਲਾਂ ਦੇ 11 ਸਕੋਰ ਬਣਾਇਆ। ਨਿਊਜ਼ੀਲੈਂਡ ਦੀ ਟੀਮ ਦੀ ਤਰਫੋਂ ਜਿਹੜੇ ਓਪਨਰ ਬੈਟਿੰਗ ਕਰਨ ਆਏ, ਫਿਨ ਐਲਨ ਅਤੇ ਡੈਵਨ ਤੋਨਵੇ ਓਪਨਰ ਬੈਟਿੰਗ ਕਰਨ ਆਏ। ਫਿਨ ਐਲਨ ਨੇ 50 ਬਾਲਾਂ ਦੇ 0 ਸਕੋਰ ਬਣਾਇਆ। ਡੈਵਨ ਤੋਨਵੇ ਨੇ 16 ਬਾਲਾਂ ਦੇ 7 ਸਕੋਰ ਬਣਾਇਆ। ਡੈਵਨ ਤੋਨਵੇ ਨੇ ਰੇਤ ਚੋਟਾ ਲਾਇਆ। ਹੈਨਰੀ ਨੇ 24 ਨੇ 20 ਬਾਲਾਂ ਦੇ 2 ਸਕੋਰ ਬਣਾਇਆ। ਡੈਰਲ ਮਿਚਲ ਨੇ 3 ਬਾਲਾਂ ਦੇ 1, ਟੋਮ ਲੇਤਮ ਟੈਪਟਨ ਨੇ 17 ਬਾਲਾਂ ਦੇ 1 ਸਕੋਰ ਬਣਾਇਆ। ਦਲੀਨ ਫਲਿੱਪ ਨੇ 52 ਬਾਲਾਂ ਦੇ 36 ਸਕੋਰ ਬਣਾਇਆ। ਪੰਜ ਚੋਟੇ ਲਾਏ ਦਲੀਨ ਫਲਿੱਪ ਨੇ। ਮਿਚਲ ਬਰੇਸਵਾਲ ਨੇ 30 ਬਾਲਾਂ ਦੇ 22 ਸਕੋਰ ਬਣਾਇਆ, 4 ਚੋਟੇ ਲਾਏ। ਮਿਚਲ ਸੈਂਤਲ ਨੇ 39 ਬਾਲਾਂ ਦੇ 27 ਸਕੋਰ ਬਣਾਇਆ, 3 ਚੋਟੇ ਲਾਏ ਮਿਚਲ ਸੈਂਤਲ ਨੇ। ਹੈਨਰੀ ਸ਼ਿਪਲੇ ਨੇ 9 ਬਾਲਾਂ ਦੇ 2 ਸਕੋਰ ਬਣਾਇਆ। ਲੁਤੀ ਫਰੋਡਨਸਨ ਨੇ 9 ਬਾਲਾਂ ਦੇ 1 ਸਕੋਰ ਬਣਾਇਆ। ਬਲੈਲ ਤਿੱਤਨਰ ਨੇ 7 ਬਾਲਾਂ ਦੇ 2 ਸਕੋਰ ਬਣਾਇਆ। ਇੰਡੀਆ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਜਿਹੜਾ 8 ਸਕੋਰ ਦਿੱਤਾ, 7 ਸਕੋਰ ਦਿੱਤਾ ਇੰਡੀਆ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ। ਨਿਊਜ਼ੀਲੈਂਡ ਦੀ ਟੀਮ ਨੇ ਚੌਥੀਆਂ ਓਵਰਾਂ ਵਿੱਚ 71 ਸਕੋਰ ਬਣਾਇਆ, 108 ਸਕੋਰ ਬਣਾਇਆ। ਨਿਊਜ਼ੀਲੈਂਡ ਦੀ ਟੀਮ ਚੌਥੀਆਂ ਓਵਰਾਂ ਦੇ ਵਿੱਚ ਆਲ ਆਊਟ ਹੋ ਗਈ। ਨਿਊਜ਼ੀਲੈਂਡ ਦੀ ਟੀਮ ਦੀ ਪਹਿਲੀ ਵਿਕਟ 1 ਦੇ, ਦੂਸਰੀ ਵਿਕਟ 8 ਦੇ, ਤੀਸਰੀ ਵਿਕਟ 9, ਚੌਥੀ ਵਿਕਟ 15, ਪੰਜਵੀਂ ਵਿਕਟ 15, ਛੇਵੀਂ ਵਿਕਟ 56, ਸੱਤਵੀਂ ਵਿਕਟ 103, ਅੱਠਵੀਂ ਵਿਕਟ 103, ਨੌਵੀਂ ਵਿਕਟ 105, ਦਸਵੀਂ ਵਿਕਟ 108। ਇੰਡੀਆ ਦੀ ਟੀਮ ਦੀ ਤਰਫੋਂ ਜਿਹੜਾ ਬੋਲਿੰਗ ਤਰਾਈ ਮੁਹੰਮਦ ਸ਼ਾਮੀ ਨੇ 6 ਓਵਰ ਤਰਾਏ, 18 ਸਕੋਰ ਦਿੱਤਾ, 3 ਵਿਕਟਾਂ ਲਈਆਂ। ਮੁਹੰਮਦ ਸ਼ਾਮੀ ਨੇ ਪਲੇਅਰ ਆਫ ਦੀ ਮੈਚ ਵੀ ਮੁਹੰਮਦ ਸ਼ਾਮੀ ਨੂੰ ਮਿਲਿਆ। ਮੁਹੰਮਦ ਸ਼ਿਆਜ ਨੇ 6 ਓਵਰਾਂ ਦੇ ਵਿੱਚ 10 ਸਕੋਰ ਦਿੱਤਾ 1 ਵਿਕਟਾਂ ਲਈ। ਸ਼ਲਦੂਲ ਥਾਤੂਰ ਨੇ 6 ਓਵਰ ਤਰਾਏ, 26 ਸਕੋਰ ਦਿੱਤਾ 1 ਵਿਕਟਾਂ ਲਈ। ਹਲਦੀਰ ਪਾਂਡਿਆ ਨੇ 6 ਓਵਰ ਤਰਾਏ, 16 ਸਕੋਰ ਦਿੱਤਾ, 2 ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ 8 ਓਵਰ ਤਰਾਏ, 29 ਸਕੋਰ ਦਿੱਤਾ, 3 ਵਿਕਟਾਂ ਲਈਆਂ। 1 ਵਿਕਟਾਂ ਲਈ ਜੀ ਸੋਰੀ ਕੁਲਦੀਪ ਯਾਦਵ ਨੇ। ਵਾਸ਼ਿੰਗਟਨ ਸੁੰਦਰ ਨੇ 3 ਓਵਰ ਤਰਾਏ, 7 ਸਕੋਰ ਦਿੱਤਾ, 2 ਵਿਕਟਾਂ ਲਈਆਂ। ਇੰਡੀਆ ਦੀ ਟੀਮ ਦੀ ਤਰਫੋਂ ਜਿਹੜੇ ਓਪਨਰ ਬੈਟਿੰਗ ਕਰਨ ਆਏ, ਰੋਹਿਤ ਸ਼ਰਮਾ ਤੈਪਤਨ ਅਤੇ ਸ਼ੁਭਮਾਨ ਦੇ ਓਪਨਰ ਬੈਟਿੰਗ ਕਰਨ ਆਏ। ਰੋਹਿਤ ਸ਼ਰਮਾ ਤੈਪਤਨ ਨੇ 50 ਬਾਲਾਂ ਦੇ 53 ਸਕੋਰ ਬਣਾਇਆ, 7 ਚੋਟੇ ਲਾਏ, 2 ਛੱਤੇ ਲਾਏ ਰੋਹਿਤ ਸ਼ਰਮਾ ਤੈਪਤਨ ਨੇ। ਸ਼ੁਭਮਾਨ ਦਿਲ ਨੇ 53 ਬਾਲਾਂ ਨੇ 40 ਸਕੋਰ ਬਣਾਇਆ, 6 ਚੋਟੇ ਲਾਏ ਸ਼ੁਭਮਾਨ ਦਿਲ ਨੇ। ਵਿਰਾਟ ਕੋਹਲੀ ਨੇ 9 ਬਾਲਾਂ ਦੇ 11 ਸਕੋਰ ਬਣਾਇਆ, 2 ਚੋਟੇ ਲਾਏ। ਇਸ਼ਾਂਤ ਕਿਸ਼ਨ ਨੇ 9 ਬਾਲਾਂ ਦੇ 8 ਸਕੋਰ ਬਣਾਇਆ, 2 ਚੋਟੇ ਲਾਏ। ਨਿਊਜ਼ੀਲੈਂਡ ਦੀ ਟੀਮ ਨੇ ਇੰਡੀਆ ਦੀ ਟੀਮ ਨੇ ਜਿਹੜਾ 8 ਸਕੋਰ ਦਿੱਤਾ, 1 ਸਕੋਰ 8 ਰਾ ਦਿੱਤਾ। ਇੰਡੀਆ ਦੀ ਟੀਮ ਨੇ 20 ਓਵਰਾਂ ਦੇ ਵਿੱਚ 77 ਸਕੋਰ ਬਣਾਇਆ, 111 ਸਕੋਰ ਬਣਾਇਆ। ਇੰਡੀਆ ਦੀ ਟੀਮ ਤਰਫੋਂ ਜਿਹੜੇ ਆਊਟ ਹੋਏ, 2 ਆਊਟ ਹੋਏ। ਇੰਡੀਆ ਦੀ ਟੀਮ ਦੀ ਪਹਿਲੀ ਵਿਕਟ 72 ਦੇ, ਦੂਸਰੀ ਵਿਕਟ 98 ਦੇ। ਨਿਊਜ਼ੀਲੈਂਡ ਦੀ ਟੀਮ ਦੀ ਤਰਫੋਂ ਜਿਹਨਾਂ ਨੇ ਬੋਲਿੰਗ ਤਰਾਏ, ਲੁਤੀ ਫਲੋਰਨਸਨ ਨੇ 5 ਓਵਰ ਤਰਾਏ, 31 ਸਕੋਰ ਦਿੱਤਾ, 9 ਵਿਕਟ। ਹੈਨਰੀ ਸ਼ਿਪਲੇ ਨੇ 5 ਓਵਰ ਤਰਾਏ, 29 ਸਕੋਰ ਦਿੱਤਾ, 1 ਵਿਕਟ ਲਈ। ਬਲੈਲ ਤਿੱਤਨਰ ਨੇ 4 ਓਵਰ ਤਰਾਏ, 19 ਸਕੋਰ ਦਿੱਤਾ, 9 ਵਿਕਟ। ਮਿਚਲ ਸੈਂਤਨ ਨੇ 4 ਓਵਰ ਤਰਾਏ, 28 ਸਕੋਰ ਦਿੱਤਾ, 1 ਵਿਕਟ ਲਈ। ਮਿਚਲ ਬਰੇਸਵੈਲ ਨੇ 2 ਓਵਰ ਤਰਾਏ, 13 ਸਕੋਰ ਦਿੱਤਾ, 9 ਵਿਕਟ। ਇਹ ਤੁਹਾਨੂੰ ਅੱਜ ਦੇ ਮੈਚ ਦੀ ਹਾਈਲਾਈਟ ਦੱਸੀ ਹੈ, ਇੰਡੀਆ ਦੀ ਟੀਮ ਦਰਮਿਆਨ ਅਤੇ ਨਿਊਜ਼ੀਲੈਂਡ ਦੀ ਟੀਮ ਦਰਮਿਆਨ ਜਾਂ 7-3 ਵਨਡੇ ਸੀ, ਪਿਆਵਾਂ ਓਵਰਾਂ ਔਰ ਤੁਹਾਨੂੰ ਹਾਈਲਾਈਟ ਦੱਸੀ ਆ। ਇੰਡੀਆ ਟੀਮ ਨੇ ਤਾਜ ਅਤੇ ਬੋਲਿੰਗ ਕਰਨ ਦਾ ਫੈਸਲਾ ਕੀਤਾ। ਨੰਬਰ 1 'ਤੇ ਨਿਊਜ਼ੀਲੈਂਡ ਦੀ ਟੀਮ ਨੇ ਬੈਟਿੰਗ ਕੀਤੀ। ਨਿਊਜ਼ੀਲੈਂਡ ਦੀ ਟੀਮ ਨੇ ਚੌਥੀਆਂ ਓਵਰਾਂ ਦੇ ਵਿੱਚ 77 ਸਕੋਰ ਬਣਾਇਆ, 111 ਸਕੋਰ ਬਣਾਇਆ। ਨਿਊਜ਼ੀਲੈਂਡ ਦੀ ਟੀਮ ਨੇ ਚੌਥੀਆਂ ਓਵਰਾਂ ਦੇ ਵਿੱਚ, ਨਿਊਜ਼ੀਲੈਂਡ ਦੀ ਟੀਮ ਆਲ ਆਊਟ ਹੋ ਰਹੀ 111 ਦੇ। 7 ਨੰਬਰ 'ਤੇ ਇੰਡੀਆ ਦੀ ਟੀਮ ਨੇ ਬੈਟਿੰਗ ਕੀਤੀ। ਇੰਡੀਆ ਦੀ ਟੀਮ ਨੇ 20 ਓਵਰਾਂ ਦੇ ਵਿੱਚ 77 ਸਕੋਰ ਬਣਾਇਆ, 111 ਸਕੋਰ ਬਣਾਇਆ। ਇੰਡੀਆ ਦੀ ਟੀਮ ਤਰਫੋਂ ਜਿਹੜੇ ਆਊਟ ਹੋਏ, 2 ਆਊਟ ਹੋਏ। ਇੰਡੀਆ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਤੋਂ ਅੱਜ ਦਾ ਮੈਚ ਜਿੱਤ ਲਿਆ, 7 ਨੰਬਰ 'ਤੇ ਜਿੱਤ ਲਿਆ 8 ਵਿਕਟਾਂ ਤੋਂ। ਇੰਡੀਆ ਦੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਤੋਂ 8 ਵਿਕਟਾਂ ਤੋਂ ਅੱਜ ਦਾ ਜਿਹੜਾ ਦੂਸਰਾ ਵਨਡੇ ਸੀ, ਪਿਆਂ ਓਵਰਾਂ ਦਾ, ਉਹ ਜਿੱਤ ਲਿਆ। ਇੰਡੀਆ ਦੀ ਟੀਮ ਤਰਫੋਂ ਜਿਹੜਾ ਪਲੇਅਰ ਆਫ ਦੀ ਮੈਚ ਮਿਲਿਆ, ਮੁਹੰਮਦ ਸ਼ਾਮੀ ਨੂੰ ਮਿਲਿਆ। ਮੁਹੰਮਦ ਸ਼ਾਮੀ ਨੇ 6 ਓਵਰ ਤਰਾਏ, 18 ਸਕੋਰ ਦਿੱਤਾ, 3 ਵਿਕਟਾਂ ਲਈਆਂ ਮੁਹੰਮਦ ਸ਼ਾਮੀ ਨੇ। ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।